Oh.
Oh,
निगाह मारोगे टिकाओ जा शांति ने ते बाबा कबीर ने संसार दी दुख दी राग ते हाथ रखे बड़ी तवज्जो दियो छे मसला ऐसा है जेड़ा साढ़े नाल भी संबंध रखता है दुनिया नाल भी संबंध रखता है पर अजीब गल है कि बाबा कबीर जी का ही शब्द नहीं जा ख्याल नहीं पिछले दिन में तो कई सी नानक पारख आप ਜਿਹੜਾ ਪਰਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਾ ਸ਼ਬਦ ਟਿਕਾਉਂਦਾ ਹੈ ਪਰਖਣ ਵਾਲਾ ਕੌਣ ਹੈ ਪਹਿਲੇ ਗੁਰੂ ਅਰਜਨ ਸਾਹਿਬ ਮੁੜ ਗੁਰੂ ਗੋਬਿੰਦ ਸਿੰਘ ਸਾਹਿਬ ਹੁਣ ਪਹਿਲੇ ਗੁਰੂ ਅਰਜਨ ਸਾਹਿਬ ਨੇ ਬਾਬਾ ਕਬੀਰ ਜੀ ਦੀ ਬਾਣੀ ਦਾ ਇਹ ਸ਼ਬਦ ਵਿੱਚ ਰੱਖਿਆ ਗੁਰਬਾਣੀ ਵਿੱਚ ਆਇਆ ਆਪਾਂ ਤਾਂ ਹੀ ਪੜ੍ਹ ਰਹੇ ਹਾਂ ਔਰ ਦੇਖਣਾ ਪਰਖਣ ਵਾਲੇ ਦੇ ਜੇ ਖਿਆਲ ਆਪਣੇ ਨਾਂ ਮਿਲਦੇ ਹੋਣ ਕਿਉਂ ਰੱਖੇ ਇੱਕ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦਾ ਆਪਣਾ ਹੈ ਮੈਂ ਇਸੇ ਲਈ ਪ੍ਰਮਾਣ ਹੁੰਦਾ ਦਿੱਤਾ ਬਾਬਾ ਕਬੀਰ ਜੀ ਦਾ ਸ਼ਬਦ
ਤੇ ਗੁਰੂ ਅਰਜਨ ਸਾਹਿਬ ਦਾ ਸ਼ਬਦ ਆਮੋ ਸਾਹਮਣੇ ਰੱਖਣਾ। ਬਲਕਿ ਰਾਈਟਰ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਜਿਹੜਾ ਉਹ ਜਦੋਂ ਉਚਾਰਿਆ ਗਿਆ ਉਦੋਂ ਬਾਬਾ ਕਬੀਰ ਜੀ ਦੀ ਬਾਣੀ ਗੁਰੂ ਸਾਹਿਬ ਦੇ ਕੋਲ ਸੀ। ਜਿਹੜੇ ਲੋਕ ਕਹਿੰਦੇ ਨੇ ਨਾ ਵੀ ਜਦੋਂ ਸੰਪਾਦਨਾ ਹੋਣ ਲੱਗੀ ਤੇ ਭਗਤਾਂ ਦੀਆਂ ਰੂਹਾਂ ਆ ਕੇ ਕੋਲ ਬੈਠੀ, ਇਹ ਸਾਡੇ ਇਤਿਹਾਸ ਦੀਆਂ ਗੱਲਾਂ ਨੇ। ਰੂਹਾਂ ਦਰਗਾਹ ਆ ਗਈਆਂ ਕੋਲ ਬੈਠ ਕੇ ਉਹਨਾਂ ਨੇ ਦਿਖਾਈਆਂ ਚਾਰ ਚੁਫੇਰੇ ਤੈਨਾਤ ਤਾਣ ਲਈ ਤੋਂ ਪਤਾ ਸਭ ਸਭ ਇੱਕ ਮਨਘੜਤ ਵਾਲੇ ਕਹਾਣੀਆਂ ਬਣਾਈਆਂ। ਜੇ ਉਹ ਲਿਖਦਾ ਕਿ ਜੇ ਇਹ ਰੂਹਾਂ ਆਉਣ ਤੇ ਉਸ ਵੇਲੇ ਲਿਖਾਈ ਜਾਂਦੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਪਹਿਲਾਂ ਹੈ ਉਹਦਾ ਇੱਦਾਂ ਮੇਲ ਕਿਵੇਂ। ਹੁਣ ਇਹ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦਾ ਹੈ। ਆਖੇ ਹੋਏ ਵਰਤ ਰੱਖਣਾ ਵੀ ਆ ਇਕਾਦਸ਼ੀ ਦਾ ਵਰਤ ਰੱਖੀ, ਆ ਦੁਆਦਸ਼ੀ ਦਾ ਰੱਖੀ, ਆ ਮੱਸਿਆ ਦਾ ਵਰਤ ਰੱਖੀ, ਆ ਪੂਰਨਮਾਸ਼ੀ ਦਾ ਵਰਤ ਰੱਖੀ। ਉਹਨੇ ਵਰਤਾਂ ਦੀ ਬੜੀ ਲੰਬੀ ਲਿਸਟ ਬਣਾ ਦਿੱਤੀ ਤੇ ਮੁੱਲਾਂ ਨੇ ਰਮਜ਼ਾਨ ਦਾ ਮਹੀਨਾ ਇਕੱਠਾ ਕਰਕੇ ਰੱਖ ਦਿੱਤਾ। ਉਹਨੇ ਆਖਿਆ ਇੱਕੋ ਵਾਰੀ ਡੁੱਬੜ ਜਾਏ। ਉਹਨੇ ਆਖਿਆ ਪੂਰਾ ਰਮਜ਼ਾਨ ਦਾ ਮਹੀਨਾ ਰੋਜ਼ੇ ਰੱਖੇ। ਦੋਵਾਂ ਨੇ ਇਹ ਕੁਝ ਸਿਖਾਇਆ। ਹੁਣ ਇੱਕ ਹੋਰ ਖਿਆਲ ਕਰਿਓ, ਬਾਬਾ ਕਬੀਰ ਜੀ ਦੀ ਬਾਣੀ ਦੇ ਦੋ ਲਫ਼ਜ਼ ਇੱਕੋ ਹੀ ਸ਼ਬਦ ਵਿੱਚ ਬਹੁਤ ਨੇੜੇ ਨੇੜੇ ਦੇਣੇ ਖੁਲਾਸਾ ਕਰ ਦਿੰਦੇ ਸੀ। ਬਾਣੀ ਸਮਝਣੀ ਇਕੱਠੇ ਹੋਏ ਉਹਦੇ ਵਿੱਚ ਪਹਿਲੀ ਲਾਈਨ ਹੈ ਰਹਾ ਉਹਦੀ ਮੇਰਾ ਕੋਈ ਝਗੜਾ ਹੀ ਨਿਕਲਿਆ, ਮੈਂ ਇਹਨਾਂ ਦੇ ਝਗੜਿਆਂ ਵਿੱਚੋਂ ਨਿਕਲ ਗਿਆ। ਜਿਹੜਾ ਝਗੜਿਆਂ ਦਾ ਬੇਸ ਸੀ, ਜੜ ਸੀ, ਮੈਂ ਉਹ ਜੜ ਹੀ ਵੱਢ ਦਿੱਤੀ। ਛੱਡ ਦਿੱਤਾ, ਮੁੱਲਾ ਵੀ ਛੱਡ ਦਿੱਤਾ। ਹੁਣ ਮਸਲਾ ਆ ਗਿਆ ਕਿ ਤਾਂ ਪੰਡਿਤ ਵੀ ਇੱਕ ਮਨੁੱਖ ਹੈ, ਮੁੱਲਾ ਵੀ ਇੱਕ ਮਨੁੱਖ ਹੈ, ਭਾਵੇਂ ਜਾਤਾਂ ਦੇ ਆਧਾਰ ਤੇ, ਭਾਵੇਂ ਉਹਦੇ ਕਰਤੱਵ ਦੇ ਆਧਾਰ ਤੇ ਨਾਮ ਦਿੱਤਾ ਗਿਆ। ਮਨੁੱਖ ਮਨੁੱਖ ਨੂੰ ਛੱਡ ਜਾਏ ਕਹਿ ਲੱਗੇ ਨੇ। ਹੁਣ ਦੇਖੋ ਉਹ ਹੀ ਬਾਬਾ ਕਬੀਰ ਇੱਕ ਲਾਈਨ ਛੱਡ ਕੇ ਅੱਗੇ ਫਿਰ ਲਾਈਨ ਦਿੰਦਾ, ਉੱਥੇ ਵੀ ਪੰਡਿਤ ਮੁੱਲਾਂ ਦਾ ਜ਼ਿਕਰ ਕਰਦਾ, ਇੱਥੇ ਵੀ ਪੰਡਿਤ ਮੁੱਲਾਂ ਦਾ, ਉੱਥੇ ਵੀ, ਲੇਕਿਨ ਅੱਗੇ ਜਾ ਕੇ ਖੁਲਾਸਾ ਕਰਦਾ ਕਹਿੰਦਾ ਮੈਂ ਪੰਡਿਤ ਮੁੱਲਾਂ ਨੂੰ ਐਜ ਏ ਮਨੁੱਖ ਨਹੀਂ ਛੱਡਿਆ, ਨਫ਼ਰਤ ਨਹੀਂ। ਪਹਿਲੇ ਕਹਿੰਦਾ ਫਿਰ ਇਸੇ ਲਾਈਨ ਨੂੰ ਬਦਲਵੇਂ ਰੂਪ ਵਿੱਚ ਰਿਪੀਟ ਕਰਦਾ ਤੇ ਕਹਿੰਦਾ ਪੰਡਿਤ ਮੁੱਲਾ ਜੋ ਲਿਖ ਦਿਆ। ਮਸਲਾ ਪੰਡਿਤ ਮੁੱਲਾ ਦਾ ਨਹੀਂ, ਉਹਨਾਂ ਨੂੰ ਛੱਡਣ ਦਾ ਨਹੀਂ, ਉਹਨਾਂ ਤੋਂ ਨਫ਼ਰਤ ਦਾ ਨਹੀਂ। ਪੰਡਿਤ ਤੇ ਮੁੱਲਾ ਨੇ ਜਿਹੜਾ ਲਿਖ ਕੇ ਦਿੱਤਾ ਨਾ, ਮੈਂ ਉਹਨੂੰ ਛੱਡਿਆ, ਭਾਵੇਂ ਜੋ ਉਹਨੇ ਹੁਕਮ ਕੀਤੇ
ਜੋ ਉਹਨੇ ਨਿਯਮ ਬਣਾਏ ਕਹਿਣ ਲੱਗੀ ਪੰਡਤ ਮੁੱਲਾ ਜੋ ਲਿਖ ਦਿਆ ਛਾਟ ਚਲੇ ਮੈਂ ਉਹਨੂੰ ਛੱਡੀ ਛਾਟ ਚਲੇ ਹਮ ਕਛੂ ਨ ਲਿਆ ਸ਼ਬਦ ਬੜੀ ਚੰਗੀ ਤਰ੍ਹਾਂ ਛੱਡ ਚਲੇ ਮੈਂ ਛੱਡ ਦਿੱਤਾ ਉਹਨਾਂ ਦੀਆਂ ਲਿਖਤਾਂ ਉਹਨਾਂ ਨੂੰ ਨਹੀਂ ਪਹਿਲੇ ਕਹਿ ਦਿੱਤਾ ਸੀ ਨਹੀਂ ਹਮਰਾ ਝਗੜਾ ਰਹਾ ਨਾ ਕਹੂੰ ਪੰਡਿਤ ਮੁੱਲਾ ਛਾੜੇ ਦੂ ਫਿਰ ਕਹਿਣ ਲੱਗੇ ਨਹੀਂ ਪੰਡਿਤ ਮੁੱਲਾ ਜੋ ਲਿਖ ਦਿਆ ਛੱਡ ਚਲੇ ਹਮ ਕਛੂ ਨ ਲਿਆ ਜਿਹੜਾ ਉਹਨੇ ਲਿਖ ਕੇ ਦਿੱਤਾ ਹੈ ਨਾ ਜਿਹੜੀਆਂ ਉਹਦੀਆਂ ਲਿਖਤਾਂ ਨੇ ਜਿਹੜੇ ਉਹਨੇ ਨਿਯਮ ਬਣਾਏ ਮੈਂ ਤਾਂ ਉਹਨੂੰ ਛੱਡਿਆ ਜਿਹੜੇ ਉਹਨੇ ਨਿਯਮ ਬਣਾਏ ਹੁਣ ਨਿਯਮ ਜਿੰਨੇ ਬਣਾਏ ਨੇ ਉਹ ਸਾਰੇ ਜਾਤ ਪਾਤ ਤੇ ਆਧਾਰਿਤ ਬਣਾ ਦਿੱਤੇ ਨੇ ਬ੍ਰਾਹਮਣ ਨੇ ਕਰਮ ਕਾਂਡ ਬਣਾ ਦਿੱਤਾ ਹੈ ਬ੍ਰਾਹਮਣ ਨੇ ਉਹਨੇ ਵੀ ਇੱਕ ਮਰਿਆਦਾ ਬਣਾ ਦਿੱਤੀ ਹੈ ਜੇ ਇਕਾਦਸ਼ੀ ਦਾ ਵਰਤ ਨਾ ਰੱਖਿਆ ਤਾਂ ਨੁਕਸਾਨ ਹੋ ਜਾਏਗਾ ਇਹ ਦੁਆਦਸ਼ੀ ਦਾ ਤ੍ਰਉਦਸ਼ੀ ਦਾ ਮੱਸਿਆ ਦਾ ਪੂਰਨਮਾਸ਼ੀ ਦੇ ਵਰਤਾਂ ਦੀ ਆਹ ਫਜ਼ੀਲਤ ਹੈ ਆਹ ਵਡਿਆਈ ਹੈ ਆਹ ਮਿਲਦਾ ਹੈ ਹਰ ਇੱਕ ਦਾ ਸੌਦਾ ਤੈਅ ਕਰ ਦਿੰਦਾ ਮਨੁੱਖ ਇਸ ਜਾਤ ਨੂੰ ਦਾਨ ਕਰਨਾ ਇਸ ਜਾਤ ਨੂੰ ਹੀ ਦਾਨ ਕੀਤਾ ਜਾ ਸਕਦਾ ਹੈ ਹੋਰ ਕਿਸੇ ਨੂੰ ਨਹੀਂ ਜਾਤ ਦੇ ਨਾਲ ਲੱਗਣ ਦਾ ਪਰਛਾਵਾਂ ਪੈਣ ਨਾਲ ਵੀ ਤੂੰ ਭਿੱਟ ਜਾਣਾ ਇਹ ਹੁਣ ਬ੍ਰਾਹਮਣ ਨਿਯਮ ਬਣਾ ਰਿਹਾ ਉਹਦੇ ਨਾਲ ਭਿੱਟ ਜਾਣ ਨਾਲ ਤੇਰੀ ਮੁਕਤੀ ਤੂੰ ਰਹਿ ਗਿਆ ਜੇ ਤੂੰ ਇਹ ਕੰਮ ਕਰਮ ਕਾਂਡ ਦੇ ਬੜਾ ਲੰਬੀ ਚੌੜੀ ਵਿਸਥਾਰ ਹੈ ਜੇ ਤੂੰ ਇਹ ਕਰਮ ਕਾਂਡ ਨਾ ਕੀਤਾ ਤੇਰੀ ਮੁਕਤੀ ਨਹੀਂ ਜਿਹਦੇ ਪਰਛਾਵੇਂ ਪੈਣ ਨਾਲ ਵੀ ਤੂੰ ਪਿੱਟ ਜਾਣਾ ਹੁਣ ਪੁੱਛੋ ਕੋਈ ਬੜੀ ਗਹਿਰਾਈ ਨਾਲ ਸੋਚੋ ਅੱਜ ਜਿਹੜੀ ਮੈਂ ਤੁਹਾਡੇ ਨਾਲ ਸਾਂਝ ਕਰਨਾ ਚਾਹੁੰਦਾ ਪਰਛਾਵਾਂ ਕਿੱਦਾਂ ਹੁੰਦਾ ਹੈ ਸਾਰੇ ਵੱਡੇ ਬਜ਼ੁਰਗ ਵੀ ਉਹ ਵਿੱਚ ਹੁਣ ਦਾ ਸਮਾਂ ਪੜ੍ਹਿਆ ਲਿਖਿਆ ਪਰਛਾਵਾਂ ਸਥੂਲ ਚੀਜ਼ ਦਾ ਹੁੰਦਾ ਹੈ ਸਰੀਰ ਦਾ ਪਰਛਾਵਾਂ ਹੈ ਆਤਮਾ ਦਾ ਪਰਛਾਵਾਂ ਨਹੀਂ ਹੁੰਦਾ ਜਿਹੜੀ ਚੀਜ਼ ਦਿਸਦੀ ਨਹੀਂ ਉਹਦਾ ਪਰਛਾਵਾਂ ਨਹੀਂ ਹੁੰਦਾ ਕੁਝ ਕਈ ਗੱਲਾਂ ਸੋਚਣੀਆਂ ਜਿਹੜੀ ਚੀਜ਼ ਨਜ਼ਰ ਹੀ ਨਹੀਂ ਪੈਂਦੀ ਉਹਦਾ ਪਰਛਾਵਾਂ ਨਹੀਂ ਹੁੰਦਾ ਪਰਛਾਵਾਂ ਹਮੇਸ਼ਾ ਸਥੂਲ ਚੀਜ਼ ਦਾ ਹੁੰਦਾ ਜਿਹੜੀ ਚੀਜ਼ ਮਸਲ ਸਰੀਰ ਹੈ ਇਹਦਾ ਪਰਛਾਵਾਂ ਹੁਣ ਜੇ ਬ੍ਰਾਹਮਣ ਆਖ ਰਿਹਾ ਤੂੰ ਸ਼ੂਦਰ ਦੇ ਪਰਛਾਵੇਂ ਨਾਲ ਪਿੱਟ ਜਾਏਗਾ ਤਾਂ ਇਹਦਾ ਮਤਲਬ ਉਹ ਧਰਮ ਦੀ ਇੱਕ ਕਿਰਿਆ ਨੂੰ ਸਰੀਰ ਤੇ ਖੜਾ ਕਰ ਰਿਹਾ ਕਿਸੇ ਦੇ ਸਰੀਰ ਦਾ ਪਰਛਾਵਾਂ ਕਿਸੇ ਦੇ ਜੀਵਨ ਨੂੰ ਬਰਬਾਦ ਕਰ ਸਕਦਾ ਜਰਾ ਸੋਚਿਓ ਜੇ ਵਰਤ ਰੱਖਣਾ ਹੈ ਰੋਟੀ ਨਹੀਂ ਖਾਣੀ ਤਾਂ ਸਰੀਰ ਨੇ ਨਹੀਂ ਖਾਣੀ ਜੇ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ ਹੈ ਤਾਂ ਸਰੀਰ ਨੇ ਕਰਨਾ ਹੈ ਸਾਰਾ ਪੜ੍ਹ ਲਓ ਜਿੰਨਾ ਕਰਮ ਕਾਂਡ ਹੈ ਸਰੀਰ ਨਾਲ ਸੰਬੰਧਿਤ ਹੈ ਤੇ ਮਨੁੱਖ ਲਈ ਜਿਉਂਦੇ ਮਨੁੱਖ ਲਈ ਉਹ ਜਾਲ ਬੁਣ ਦਿੱਤਾ ਗਿਆ ਜਾਤਾਂ ਪਾਤਾਂ ਦਾ ਕੁੱਲਾਂ ਦਾ ਕਿ ਮਨੁੱਖ ਉਸ ਜਾਲ ਵਿੱਚ ਫਸ ਗਿਆ ਤੇ ਉਸ ਜਾਲ ਵਿੱਚ ਫਸਾਉਣ ਵਾਲਾ ਕੌਣ ਸੀ ਬ੍ਰਾਹਮਣ ਬਾਬਾ ਕਬੀਰ ਜੀ ਨੇ ਇੱਕ ਹੋਰ ਸਾਹਿਬ ਤੇ ਸ਼ਬਦ ਆਇਆ ਪਹਿਲੇ ਉਹਦੇ ਚ ਲਫ਼ਜ਼ ਕਹੇ ਸਨ ਵੇਦ ਕੀ ਪੁੱਤਰੀ ਸਿਮਰਤ ਭਾਈ ਸ਼ੰਕਰ ਜੇਰੀ ਲੈ ਕੇ ਆਈ ਆਪਣੇ ਨਗਰ ਆਪ ਹੀ ਬੰਧਿਆ ਵੇਦਾਂ ਦੀ ਧੀ
ਸਿਮਰਤੀ ਮਨੁ ਸਿਮਰਤੀ ਜਿਹਨੇ ਜਾਤ ਪਾਤ ਦੇ ਤੇ ਸਾਰੇ ਇੱਕ ਕਰਮ ਕਾਂਡ ਦੇ ਅਡੰਬਰ ਖੜੇ ਕੀਤੇ। ਅਖੇ ਵੇਦ ਦੀ ਪੁੱਤਰੀ ਕੀ ਸਿਮਰਤੀ ਆ ਗਈ, ਬੜੇ ਮਜ਼ਬੂਤ ਸੰਗਲ ਲੈ ਕੇ ਆਈ ਮਨੁੱਖ ਨੂੰ ਬੰਨਣ ਵਾਸਤੇ, ਬੜੀਆਂ ਮਜ਼ਬੂਤ ਰੱਸੀਆਂ ਲੈ ਕੇ ਆਈ ਕਰਮ ਕਾਂਡ ਦੀਆਂ ਮਨੁੱਖ ਨੂੰ ਬੰਨਣ ਵਾਸਤੇ। ਇਸ ਲਈ ਮੇਰੇ ਨਹੀਂ ਦੇ ਬੇਸ਼ੱਕ ਇਹਨੂੰ ਚੰਗੀ ਤਰ੍ਹਾਂ ਘਰ ਬੈਠ ਕੇ ਵੀ ਵਿਚਾਰਿਓ ਕਿ ਕਿਹੜੀ ਅਜੀਬ ਗੱਲ ਹੈ। ਆਪਣ ਨਜ਼ਰ ਆਇਆ ਪੀ ਪਾਉਂਦੇ ਜਿਹੜੇ ਉਹਦੀ ਨਗਰੀ ਵਿੱਚ ਭਾਵ ਉਹਦੇ ਅਗਵਾਈ ਵਿੱਚ ਰਹਿਣ ਵਾਲੇ ਸਨ ਉਹਨਾਂ ਨੂੰ ਇਹਨੇ ਬੰਨਿਆ, ਜਿਹੜੇ ਸਿਮਰਤੀਆਂ ਨੂੰ ਵੇਦਾਂ ਨੂੰ ਮੰਨਦੇ ਨਹੀਂ ਉਹਨਾਂ ਬੰਨਣਾ ਕੀ ਹੈ। ਬਾਬਾ ਕਬੀਰ ਨਹੀਂ ਬਣਦਾ ਆਖਦੇ ਹਮਰਾ ਝਗੜਾ ਰਿਹਾ ਨਾ ਕੋਈ ਪੰਡਿਤ ਮੁੱਲੋਂ ਛੱਡ ਦਿਓ, ਆਪਣ ਨਗਰ ਆਪ ਹੀ ਭਾਜੇ ਬਣ ਗਿਆ। ਹੁਣ ਇੱਥੇ ਬਾਬਾ ਕਬੀਰ ਕਹਿੰਦੇ ਨੇ ਕਿ ਪੰਡਿਤ ਨੇ ਵੀ ਕਰਮ ਕਾਂਡ ਦਾ ਇੱਕ ਬੜਾ ਵੱਡਾ ਜਾਲ ਬੁਣਿਆ ਤੇ ਬੁਣਿਆ ਸਰੀਰ ਤੱਕ ਸੀਮਤ, ਕੇਵਲ ਸਰੀਰ ਤੱਕ। ਜਿੰਨੀਆਂ ਚੀਜ਼ਾਂ ਕਰਮ ਕਾਂਡ ਦੀਆਂ ਨੇ ਸਭ ਸਰੀਰਕ ਤੌਰ ਤੇ ਨੇ। ਤੇ ਕਹਿਣ ਲੱਗੇ ਮੁੱਲਾ ਨੇ ਵੀ ਬਦਲਵੇਂ ਰੂਪ ਵਿੱਚ ਸ਼ਰ੍ਹਾਂ ਬਣਾ ਦਿੱਤੀ, ਉਹਨੇ ਕਰਮ ਕਾਂਡ ਬਣਾ ਦਿੱਤਾ, ਉਹਨੇ ਸ਼ਰ੍ਹਾਂ ਬਣਾ ਦਿੱਤੀ, ਜਿਹੜਾ ਸ਼ਰ੍ਹਾਂ ਦੇ ਹੁਕਮ ਵਿੱਚ ਜਾਲ ਵਿੱਚੋਂ ਬਾਹਰ ਨਿਕਲੇ ਉਹ ਮੁਸਲਮਾਨ ਨੇ, ਜਿਹੜਾ ਸ਼ਰ੍ਹਾਂ ਦਾ ਤਿਆਗ ਕਰੇ ਮੁਸਲਮਾਨ ਨੇ, ਉਹਨੇ ਵੀ ਇੱਕ ਚਾਰ ਗੁਣ ਦਿੱਤਾ। ਤੇ ਸ਼ਰ੍ਹਾਂ ਦੇ ਵੀ ਜਿੰਨੇ ਨਿਯਮ ਬਣੇ ਉਹ ਸਰੀਰ ਦੇ ਸੰਬੰਧ ਵਿੱਚ, ਬਲਕਿ ਮੈਂ ਤਾਂ ਪਿਛਲੇ ਦਿਨ ਕੀਤੀ ਸੀ ਸੱਚਾਈ ਤੋਂ ਕਦੇ ਮੂੰਹ ਨਾ ਮੋੜਿਓ, ਭਾਵੇਂ ਕੋਈ ਖੁਸ਼ ਹੋਵੇ ਬਣਾ, ਕਦੀ ਤੁਸੀਂ ਸਿੱਖ ਰਹੇ ਤਾਂ ਮਰਿਆਦਾ ਵੀ ਪੜ੍ਹੋ। ਮੈਂ ਇਹੀ ਗੱਲ ਬਾਰ ਬਾਰ ਕਹਿਣਾ ਕਿ ਉਹਨਾਂ ਨੇ ਜੋ ਨਿਯਮ ਬਣਾਏ ਸਭ ਸਰੀਰ ਲਏ। ਮੈਂ ਕੀਤੀ ਸੀ ਕਿਹੜੀ ਅਜੀਬ ਗੱਲ ਹੈ, ਪ੍ਰੈਤਾਂ ਨੇ ਸਰੀਰ ਨਾਲ ਸੰਬੰਧਿਤ ਨੇ, ਸਰੀਰ ਨਾਲ ਸੰਬੰਧਿਤ ਹੈ, ਕਿਰਪਾ ਸਰੀਰ ਨਾਲ ਸੰਬੰਧਿਤ ਹੈ, ਕਕਾਰ ਇਸ਼ਾਰਾ ਸਰੀਰ ਤੇ ਪਹਿਨਣਾ ਹੈ, ਕਿਹੜੀ ਅਜੀਬ ਗੱਲ ਹੈ। ਉਹਨੇ ਪ੍ਰੈਤਾਂ ਵਿੱਚ ਇਹ ਨਹੀਂ ਲਿਖਿਆ ਕਿ ਕੂੜ ਬੋਲ ਮੁਰਦਾਰ ਖਾਏ ਅਬਰੀ ਨੂੰ ਸਮਝਾਉਣ ਜਾ, ਵੀ ਅਸਲ ਮਾਸ ਖਾਣਾ ਤਾਂ ਕਿਸੇ ਦਾ ਹੈ, ਉਹ ਹੈ ਕੂੜ ਬੋਲਣਾ ਝੂਠ ਬੋਲਣਾ, ਇਹ ਕਿਤੇ ਨਹੀਂ ਲਿਖਿਆ, ਕਿਉਂਕਿ ਉਹ ਆਤਮਾ ਨਾਲ ਸੰਬੰਧਿਤ ਹੈ, ਮਨ ਨਾਲ ਸੰਬੰਧਿਤ। ਜਿੰਨਾ ਕੁ ਬਣਾਇਆ ਉਹ ਸਾਡੇ ਸਾਹਮਣੇ ਲਿਖਤਾਂ ਪਈਆਂ ਨੇ, ਲੈ ਆਓ ਬੜੀ ਖੁਸ਼ੀ ਨਾਲ ਬੈਠ। ਮੈਂ ਤਾਂ ਇਸੇ ਲਈ ਕਹਿੰਦਾ ਜਿਸ ਕਿਸੇ ਦੇ ਮਨ ਅੰਦਰ ਕੋਈ ਵੀ ਭਰਮ ਹੋਵੇ ਦਰਵਾਜ਼ਾ ਹਮੇਸ਼ਾ ਨਹੀਂ ਖੁੱਲ੍ਹਿਆ, ਕਿਸੇ ਵਕਤ ਵੀ ਬੈਠ ਕੇ ਵਿਚਾਰ ਕਰ ਲਓ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਾਹਮਣੇ ਖਲੋ ਕੇ ਅੱਖਾਂ ਨਾ ਬੰਦ ਕਰੋ। ਬਲਕਿ ਖਿਆਲ ਕਰੇ ਬਾਬਾ ਕਬੀਰ ਕਹਿੰਦੇ ਨੇ ਮੈਂ ਦੇਖਦਾ ਕਿ ਇਹ ਹਿੰਦੂ ਜਾਂ ਤੁਰਕ ਬਣਾਉਣਾ, ਇਹ ਹਿੰਦੂ ਹੈ ਤੁਰਕ ਹੈ, ਇਹ ਸਾਰਾ ਸ਼ਰ੍ਹਾ ਤੇ ਉਸ ਕਰਮ ਕਾਂਡ ਤੇ ਖੜਾ। ਜੇ ਉਹ ਕਰਮ ਕਾਂਡ ਕਰੇ ਤਾਂ ਹਿੰਦੂ ਹੈ, ਜੇ ਜਨੇਊ ਨਾ ਪਵੇ ਪਾਵੇ ਹਿੰਦੂ ਨੇ, ਤੇ ਜਨੇਊ ਕੀ ਹੈ। ਜਿਵੇਂ ਬਾਬਾ ਕਬੀਰ ਵੀ ਕਹਿ ਕੇ ਨੇ ਕਹਿ ਦਿੱਤਾ, ਨਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹਿ ਦਿੱਤਾ ਬਾਣੀ ਵਿੱਚ ਕਿ ਚੌਪੜ ਮੁੱਲ ਅਣਾਇਆ ਮੈਂ ਚੌਂਕੇ ਪਾਇਆ, ਬਜ਼ਾਰੋਂ ਮੁੱਲ ਚਾਰ ਕੌੜੀਆਂ ਦਾ ਸੂਤਰ ਲੈ ਜਾਂਦਾ, ਚੌਕੜ ਮੁੱਲ ਅਣਾਇਆ ਚੌ ਕੌੜੀਆਂ ਦਾ, ਚੌ ਕੁੱਟ ਦਾ ਰੱਥ ਹੈ ਚੌ ਚਾਰ ਕੌੜੀਆਂ, ਚਾਰ ਕੌੜੀਆਂ ਦਾ ਬਜ਼ਾਰੋਂ ਸੂਤਰ ਮੁੱਲ ਲੈ ਜਾਂਦਾ, ਤੇ ਚੌਂਕੇ ਵਿੱਚ ਬੈਠ ਕੇ ਉਹਦੀ ਗੱਲ 'ਚ ਕੁਆਰਤਾ, ਕੰਨ ਵਿੱਚ ਫੂਕ ਮਾਰੀ ਤੇ ਆਖਿਆ ਅੱਜ ਤੂੰ ਤੇਰਾ ਗੁਰੂ ਬ੍ਰਹਮਣ ਲਵੇ ਤੂੰ ਬਣ ਗਿਆ, ਇਹ ਗੁਰੂ ਨਾਨਕ ਦਾ ਫੈਸਲਾ ਮੇਰਾ। ਚੌਕੜ ਮੁੱਲ ਅਣਾਇਆ ਬੈ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰੂ ਬ੍ਰਹਮਣ ਥੀਆ। ਕਹਿਣ ਲੱਗੇ ਉਹ ਮੂਆ ਸਰੀਰ ਉੱਤੇ ਪਾਇਆ ਸੀ ਨਾ, ਜਦੋਂ ਮਰਿਆ ਉਦੋਂ ਜਨੇਊ ਵੀ ਨਾਲ ਹੀ ਸੜ ਗਏ, ਉਹ ਮੂਆ ਉਹ ਝੜ ਪਿਆ ਬਿਤੰਗਾ ਗਿਆ, ਗਾਹ ਦਰਗਾਹ ਵਿੱਚ ਗਈ ਆਤਮਾ ਤੇ ਆਤਮਾ ਨੇ ਜਨੇਊ ਪਾਇਆ ਕੋਈ ਨਹੀਂ ਸੀ, ਉੱਥੇ ਉਹ ਬਿਤੰਗਾ ਹੀ ਚਲੀ ਗਈ, ਉਹਨੇ ਤੱਕ ਪਹਿਨੇ ਨਹੀਂ ਹੋਇਆ ਸੀ, ਜਨੇਊ ਪਾਇਆ ਨਹੀਂ ਹੋਇਆ ਸੀ, ਕਿਉਂਕਿ ਸਰੀਰ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਧਰਮ ਨਹੀਂ। ਪਰ ਨਾ ਸ਼ਰ੍ਹਾਂ ਨੇ ਕੋਈ ਆਤਮਾ ਦੀ ਗੱਲ ਕੀਤੀ, ਨਾ ਕਰਮ ਕਾਂਡ ਬ੍ਰਾਹਮਣ ਸਿਮਰਤੀਆਂ ਨੇ ਕੋਈ ਗੱਲ ਕੀਤੀ, ਈਵਨ ਨਾ ਕੋਈ ਸਿੱਖ ਰਹਿਤ ਮਰਿਆਦਾ ਨੇ ਕੰਮ ਕੀਤੀ ਗੱਲ ਕੀਤੀ, ਬੈਠ ਕੇ ਵਿਚਾਰ ਸਕਦੇ ਹੋ ਜਿਸ ਵੇਲੇ ਮਰਜ਼ੀ। ਇਹ ਉਹ ਹਿੰਦੂ ਬਣ ਗਿਆ, ਇਹ ਮੁਸਲਮਾਨ ਬਣ ਗਿਆ,
ਬਲਕਿ ਸਰੀਰ ਦੇ ਪਹਿਰਾਵੇ ਤੇ ਬਾਣੀ ਕਰਕੇ ਹੀ ਸਿੱਖ ਬਣ ਗਿਆ। ਉਹਦੀ ਆਤਮਾ ਜਾਂ ਉਹ ਜੇ ਗੁਣ ਹੈ ਕਿ ਨਹੀਂ, ਉਹਨੇ ਦਾੜਾ ਪ੍ਰਕਾਸ਼ ਕੀਤਾ ਹੋਵੇ, ਉੱਤੋਂ ਦੀ ਕਿਰਪਾ ਨੂੰ ਪਾਈ ਹੋਵੇ, ਬਸ ਮਹਾਨ ਸਿੱਖ। ਇਹ ਬੜਾ ਆਸਾਨ ਸੀ, ਬੜੀ ਸੱਚਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ। ਬਲਕਿ ਤੁਸੀਂ ਹੈਰਾਨ ਹੋਵੋ, ਆਪਾਂ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦੇ, ਉਹਦੇ ਵਿੱਚ ਇੱਕ ਲਫ਼ਜ਼ ਨੇ ਕਿ ਅਕਾਲ ਪੁਰਖ ਜਿਹੜਾ ਹੈ ਉਹ ਸੁਣ ਹੈ, ਭਾਵ ਨਿਰਗੁਣ ਸਰੂਪ ਹੈ, ਉੱਥੇ ਕੁਝ ਵੀ ਨਹੀਂ। ਔਰ ਬਾਣੀ ਨੇ ਇਹ ਲਫ਼ਜ਼ ਕਹਿ ਦਿੱਤੇ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਸੁਣ ਸਮਾਧ ਲਗਾਏਗਾ। ਨਾ ਉੱਥੇ ਦਿਨ ਹੈ, ਨਾ ਉੱਥੇ ਰਾਤ ਹੈ, ਨਾ ਚੰਦਰਮਾ ਹੈ, ਨਾ ਸੂਰਜ ਹੈ, ਸੁਣ ਸਮਾਧ, ਉੱਥੇ ਕੁਝ ਵੀ ਨਹੀਂ। ਹੁਣ ਗੁਰੂ ਅਰਜਨ ਪਾਤਸ਼ਾਹ ਸੁਖਮਨੀ ਸਾਹਿਬ ਦੀ ਇੱਕ ਲਾਈਨ ਹੈ, ਉਹਦੇ ਵਿੱਚ ਕਹਿੰਦੇ ਨੇ, ਜਬ ਧਾਰੀ ਆਪਣ ਸੁਣ ਸਮਾਦ, ਜਿੱਥੇ ਕੁਝ ਵੀ ਨਹੀਂ, ਸਰੀਰ ਹੈ ਹੀ ਨਹੀਂ, ਗਰਭਵਾਸ ਮੈਂ ਕੋਲੇ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਜਿੱਥੇ ਹੈ ਹੀ ਕੁਝ ਨਹੀਂ ਉੱਥੇ ਵੈਰ ਕਿਹਦੇ ਨਾਲ ਕਰੋਗੇ, ਦੁਸ਼ਮਣ ਤਾਂ ਹੈ ਹੀ ਕੋਈ ਨਹੀਂ। ਗੁਰੂ ਅਰਜਨ ਸਾਹਿਬ ਨੇ ਕਹਿ ਦਿੱਤਾ, ਕਹਿਣ ਲੱਗੇ, ਜਦ ਦਾਹੀ ਆਪਣ ਸੁਣ ਸਮਾਧ, ਤਬ ਵੈਰ ਵਿਰੋਧ ਕੇ ਸੰਕ ਮਾਰ। ਕਿਹਦੇ ਨਾਲ ਵੈਰ ਕਰੋਗੇ, ਕੋਈ ਮੁਸਲਮਾਨ, ਕੋਈ ਹਿੰਦੂ, ਕੋਈ ਈਸਾਈ, ਕੋਈ ਸਿੱਖ ਤੇ ਹੈ ਹੀ ਨਹੀਂ। ਆਤਮਾ ਤਾਂ ਸਭ ਦੀ ਇੱਕੋ ਜਿਹੀ ਹੈ, ਆਤਮਾ ਦਾ ਪੈਦਾ ਕਰਨ ਵਾਲਾ ਇੱਕੋ ਬ੍ਰਹਮ ਹੈ। ਬਾਰ ਬਾਰ ਸਵਾਲ ਕੀਤੇ ਗਏ ਨੇ ਬਾਣੀ ਵਿੱਚ, ਅਸੀਂ ਕਾਸ਼ ਅਸੀਂ ਕਦੇ ਦੁਨੀਆਂ ਅੰਦਰ ਸ਼ਾਂਤੀ ਜਾਂ ਏਕਤਾ ਪੈਦਾ ਕਰਨ ਲਈ ਗੁਰਬਾਣੀ ਦਾ ਸਹਾਰਾ ਲਈਏ। ਬੜੇ ਖੂਬਸੂਰਤ ਲਫ਼ਜ਼ ਕਹੇ, ਕਹਿਣ ਲੱਗੇ, ਹਿੰਦੂ ਤੁਰਕ ਕਹਾਂ ਤੇ ਆਏ, ਗੁਰਬਾਣੀ ਦਾ ਸਵਾਲ, ਹਿੰਦੂ ਤੁਰਕ ਕਹਾਂ ਤੇ ਆਏ, ਕਿਹੜੇ ਰਾਹ ਚਲਾਈ, ਇਹ ਰਸਤੇ ਕਿੰਨੇ ਕਿੰਨੇ ਦੇਖੇ, ਆ ਹਿੰਦੂ ਹੈ, ਮੁਸਲਮਾਨ ਹੈ, ਆ ਤੁਰਕ ਹੈ, ਆ ਈਸਾਈ ਹੈ, ਆ ਸਿੱਖ ਹੈ, ਆ ਬੁੱਧੀ ਹੈ, ਜੈਨੀ ਹੈ, ਇਹ ਸਾਰੇ ਸੰਸਾਰ ਅੰਦਰ ਆ ਕੇ ਬਣੇ ਨੇ, ਇਹ ਅਸੀਂ ਤੁਸੀਂ ਪੈਦਾ ਕੀਤੇ ਨੇ। ਬਾਬਾ ਕਬੀਰ ਜੀ ਨੂੰ ਅੱਜ ਦੂਜੀ ਲਾਈਨ ਅੰਦਰ ਇਹੋ ਲਫ਼ਜ਼ ਵਰਤੇ ਨੇ, ਕਹਿਣ ਲੱਗੇ, ਆਪਣ ਬੁਣ ਬੁਣ ਆਪ ਆਪ ਪਹਿਰਾਵੋ, ਕਹਿਣ ਲੱਗੇ, ਮੈਂ ਤਾਂ ਬੁਣ ਬੁਣ ਕੇ ਜਾਲ ਆਪ ਹੀ ਬਣਾ ਲਿਆ ਤੇ ਆਪ ਹੀ ਉਸ ਜਾਲ ਵਿੱਚ ਫਸ ਗਿਆ। ਇਹ ਸਾਰਾ ਕਰਮ ਕਾਂਡ ਦਾ, ਸਾਰਾ ਸ਼ਰ੍ਹਾਂ ਦਾ ਜਾਲ ਆਪ ਹੀ ਤਾਂ ਬਣਾਇਆ ਮਨੁੱਖ ਨੇ, ਰੱਬ ਨੇ ਤਾਂ ਬਣਾ ਕੇ ਭੇਜਿਆ ਨਹੀਂ। ਦੱਸੋ, ਸਾਨੂੰ ਨੇ ਕਈ ਥਾਂ ਦੇ ਸਵਾਲ ਕੀਤੇ ਨੇ, ਕਹਿਣ ਲੱਗੇ, ਜਦੋਂ ਬੱਚਾ ਜਨਮ ਲੈਂਦਾ ਕਿਸੇ ਦੇ ਮੱਥੇ ਤੇ ਲਿਖਿਆ ਹੋਇਆ ਹੈ ਮੁਸਲਮਾਨ, ਮੁਸਲਮਾਨ ਦੇ ਘਰ ਜਨਮ ਲੈਣ ਵਾਲੇ, ਇਹ ਰੱਬ ਨੇ ਮੁਸਲਮਾਨ ਪੈਦਾ ਕੀਤਾ, ਕਿਸੇ ਹਿੰਦੂ ਦੇ ਮੱਥੇ ਤੇ ਲਿਖਿਆ ਹੋਇਆ ਹਿੰਦੂ ਹੈ, ਜਦੋਂ ਜਨਮ ਲੈਂਦਾ ਕਿਸੇ ਪੂਰਨ ਗੁਰਸਿੱਖ ਦੇ ਘਰ ਵੀ ਬੱਚਾ ਜਨਮ ਲਵੇ, ਉੱਥੇ ਕੋਈ ਲਿਖਿਆ ਹੋਇਆ ਵੀ ਇਹ ਸਿੱਖ ਹੈ। ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਉਹ ਸਿੱਖੀ ਨੂੰ ਤਰਾਂਜਲੀ ਦੇ ਜਾਏ, ਗੁਰੂ ਰਾਮਦਾਸ ਸਾਹਿਬ ਦੇ ਘਰ ਪਿੱਛੇ ਚੱਲ ਵੀ ਤਾਂ ਪੈਦਾ ਹੋ ਸਕਦਾ, ਤੁਸੀਂ ਖਿਆਲ ਕਰੋ, ਰੱਬ ਵੱਲੋਂ ਸਭ ਇੱਕੋ ਆਤਮਾ ਪੈਦਾ ਕੀਤੀ ਗਈ। ਅਜੀਬ ਗੱਲ ਹੈ, ਅਸੀਂ ਝਗੜੇ ਦਾ ਮੁੱਢ ਕਿਵੇਂ ਬਣਿਆ, ਇਹ ਸਾਰੇ ਝਗੜੇ ਦੁਨੀਆਂ ਦੇ ਕਿਵੇਂ ਨੇ, ਮੈਂ ਹੈਰਾਨ ਹੋਇਆ। ਪਿਛਲੇ ਦਿਨਾਂ ਚ ਰਹਿਤ ਨਵੇਂ ਪੜ੍ਹ ਰਿਹਾ ਸੀ, ਜਿਹੜਾ ਹੋਰ ਤੇ ਹੁਣ ਇਸ ਬੁਢੇਪੇ ਵਿੱਚ ਕੰਮ ਕੋਈ ਨਹੀਂ, ਸਟੱਡੀ ਕਰ ਲਓ, ਉੱਥੇ ਇੱਕ ਰਹਿਤਨਾਮੇ ਦੇ ਲਫ਼ਜ਼ ਨੇ ਮੈਂ ਤੁਹਾਨੂੰ ਪੜ੍ਹਾ ਸਕਦਾ, ਜਿਸ ਦੇਖੋ ਇਸ ਟਕਰਾਓ ਨੂੰ, ਇਸ ਵੈਰ ਵਿਰੋਧ ਨੂੰ ਪੈਦਾ ਕਰਨ ਲਈ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੈਰ ਵਿਰੋਧ ਬੁਰਾ ਹੈ, ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋ ਤੇ ਗੁਰੂ ਆਖਰੇਗਾ, ਨਾ ਕੋ ਵੈਰੀ ਨਹੀਂ ਵਿਗੜਨਾ, ਸਦੋ ਸੰਗ ਹਮਕੋ ਬਣਾਈ। ਪਰ ਤੁਸੀਂ ਹੈਰਾਨ ਹੋ ਕੇ ਰਹਿਤਨਾਮੇ ਵਾਲਾ ਲਿਖਦਾ, ਜਿਹਨਾਂ ਰਹਿਤਨਾਮੇ ਅਤੇ ਸਾਡੀਆਂ ਸਿੱਖ ਰਹਿਤ ਮਰਿਆਦਾ ਬਣਦੀਆਂ ਨੇ, ਰਹਿਤਨਾਮੇ ਵਾਲਾ ਲਿਖਦਾ, ਕਿਉਂਕਿ ਦੇਵੀ ਜਿਹੜੀ ਹੈ ਦੁਰਗਾ, ਉਹ ਸਾਰਾ ਮਿਥਾਸ ਪੜ੍ਹ ਲਓ,
ਬਚਿੱਤਰ ਨਾਟਕ ਦਾ ਉਹਦੇ ਵਿੱਚ ਰਾਕਸ਼ਾਂ ਨੂੰ ਮਾਰਨ 'ਤੇ ਲੱਗੀ ਹੋਈ ਹੈ, ਉਹਨਾਂ ਦਾ ਜੰਗ ਹੈ ਰਾਕਸ਼ਾਂ ਨਾਲ, ਸਾਰਾ ਇਤਿਹਾਸ ਹੀ ਲਿਖਿਆ ਹੋਇਆ ਰਾਕਸ਼ਾਂ ਨਾਲ ਟਕਰਾ, ਰਾਕਸ਼ਾਂ ਨੂੰ ਮਾਰਨ 'ਤੇ ਲੱਗੀ ਹੋਈ ਹੈ ਅਤੇ ਰਾਕਸ਼ਾਂ ਦੇ ਕੋਲ ਮਾਰਨੇ ਰਹਿ ਗਏ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੁਸ਼ਟ ਦਮਨ ਦਾ ਨਾਂ ਵੀ ਉਹਨਾਂ ਇਸੇ ਗਰੀਬ ਨਾਲ ਜੋੜਿਆ ਕਿ ਦੁਰਗਾ ਦੇ ਕਹਿਣ 'ਤੇ ਉਹ ਪੈਦਾ ਹੋਏ। ਚਲੋ ਖੈਰ, ਮੈਂ ਅੱਜ ਉਸ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਕੇਵਲ ਇੱਕ ਲਫ਼ਜ਼ ਦੀ ਐਗਜ਼ਾਮਪਲ ਦੇਣਾ ਚਾਹੁੰਦਾ। ਉਹ ਕਹਿੰਦਾ ਕਿ ਆਖਰ ਹੋਇਆ ਕਿ ਜਿੰਨੇ ਮੁਸਲਮਾਨ ਸਨ, ਤੁਰਕ ਸਨ, ਉਹ ਕਿੱਥੋਂ ਪੈਦਾ ਹੋਏ ਨੇ? ਜਿੰਨੇ ਰਾਕਸ਼ਸ ਸਨ ਦੁਰਗਾ ਕੋਲੋਂ ਨਹੀਂ ਮਰੇ, ਉਹ ਸਾਰੇ ਅਸੀਂ ਮੁਸਲਮਾਨ ਬਣ ਗਏ, ਮੁਸਲਮਾਨ ਦੇ ਜਨਮ ਵਿੱਚ ਆ। ਇਹ ਤੁਹਾਡੇ ਰਹਿਤ ਨਵੇਂ ਵਿੱਚ ਜਿੰਦਾ ਜਿੰਦਾ ਟੋਟ ਆਸਰ ਦਾ ਕਿ ਅਸੀਂ ਆਪਣੀਆਂ ਮਰਿਆਦਾ ਬਣਾਉਣੇ, ਮੈਂ ਤੈਨੂੰ ਪੜ੍ਹਾ ਸਕਦਾ। ਉਹ ਕਹਿੰਦਾ ਦੁਰਗਾ ਕੋਲੋਂ ਰਾਕਸ਼ਸ ਮਰੇ ਨਾ, ਉਹ ਜਿੰਨੇ ਰਾਕਸ਼ਸ ਸਨ ਉਹਨਾਂ ਨੇ ਤੁਰਕਾਂ ਦਾ ਜਨਮ ਲੈ ਲਿਆ, ਉਹ ਸਾਰੇ ਮੁਸਲਮਾਨ ਬਣ ਗਏ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੁਰਗਾ ਨੇ ਆਖਿਆ ਵੀ ਮੇਰੇ ਕੋਲੋਂ ਇਹ ਮਰੇ ਨਹੀਂ ਤੇ ਇਹ ਸੰਸਾਰ ਅੰਦਰ ਇਹਨਾਂ ਨੇ ਸਾਰਿਆਂ ਨੇ ਤੁਰਕਾਂ ਦਾ ਜਨਮ ਲੈ ਲਿਆ, ਇਸ ਲਈ ਇਹ ਗੋਬਿੰਦ ਸਿੰਘ ਮੈਂ ਤੇਰੀ ਡਿਊਟੀ ਲਾਉਣੀ ਆ ਵੀ ਤੂੰ ਖਾਲਸਾ ਪੈਦਾ ਕਰ, ਉਹ ਖਾਲਸਾ ਤੁਰਕਾਂ ਨੂੰ ਮਾਰੇ। ਇਹਦਾ ਮਤਲਬ ਖਾਲਸਾ ਸਿਰਫ ਮੁਸਲਮਾਨਾਂ ਨੂੰ ਮਾਰਨ ਵਾਸਤੇ ਪੈਦਾ ਹੋਇਆ। ਪੜ੍ਹ ਕੇ ਦੇਖੋ, ਵੈਰ ਵਿਰੋਧ ਤੋਂ ਪੈਦਾ ਹੋਇਆ ਖਾਲਸਾ, ਇਹਨਾਂ ਚੀਜ਼ਾਂ ਦਾ ਸਾਰਾ ਸਾਡੇ ਲਈ ਵਰਤਿਆ। ਸਾਨੂੰ ਸੋਚਣਾ ਪਏਗਾ ਬਾਬਾ ਕਬੀਰ ਜੀ ਨੇ ਕਿਉਂ ਆਖਿਆ ਪੰਡਿਤ ਮੁੱਲਾ ਸਾਡੇ ਦੋ, ਬੜੀ ਕਈ ਦਿਨ ਲਗਾਤਾਰ ਜੇ ਕਦੀ ਸੀ ਸਾਡੀ ਰੋਜ਼ਾਨਾ ਦਾ ਕੀਰਤਨ ਹੋਵੇ ਤੇ ਕਈ ਦਿਨ ਲੱਗ ਸਕਦੇ ਨੇ ਇਸੇ ਇੱਕ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਕਿ ਬਾਬਾ ਕਬੀਰ ਜੀ ਦਾ ਸ਼ਬਦ ਇੱਕ ਕਿੱਥੇ ਸਾਨੂੰ ਲਿਜਾ ਰਿਹਾ। ਦੁਨੀਆਂ ਅੰਦਰ ਜੇ ਸੰਸਾਰ ਦੀ ਸ਼ਾਂਤੀ, ਜੇ ਦੁਨੀਆਂ ਨੂੰ ਸਵਰਗ ਬਣਾਉਣਾ ਹੈ ਤਾਂ ਕੇਵਲ ਸੁਣ ਸਮਾਜ ਸੁਣ ਦੇ ਪੈਦਾ ਹੋਈ ਹੋਈ ਜਿਹੜੀ ਬਾਣੀ ਹੈ, ਕਿਉਂਕਿ ਇਹ ਨਿਰਗੁਣ ਦੀ ਪੈਦਾ ਹੋਈ ਹੋਈ ਹੈ, ਤੁਰਕੀ ਬਾਣੀ ਆਈ ਜਿਹੜੀ ਆਵਾਜ਼ ਦੇ ਕੇ ਕਹਿ ਰਹੀ ਹੈ ਹਿੰਦੂ ਤੁਰ ਕਹਾਂ ਤੇ ਆਏ, ਕਿਹਨੇ ਰਾਹ ਚਲਾਈ, ਦੱਸ ਕਿਹਨੇ ਪੈਦਾ ਕੀਤੇ ਨੇ। ਜਿਹੜੀ ਬਾਣੀ ਬਾਰ ਬਾਰ ਇੱਕ ਗੱਲ ਸਮਝਾ ਰਹੀ ਹੈ ਤੇ ਕਹਿੰਦੀ ਹੈ ਬ੍ਰਹਮ ਬਿੰਦ ਤੇ ਸਭ ਉਤਪਾਤੀ, ਜਿੰਨੀ ਉਤਪਤੀ ਹੋਈ ਹੈ ਸਾਰੀ ਉਸ ਆਕਾਰ ਪੁਰਖ ਵੱਲੋਂ ਹੋਈ ਹੈ, ਵੱਖਰਾ ਤਾਂ ਕੋਈ ਆਦ ਆਤਮਾ ਆਪਣੀ ਤਾਂ ਕਿਸੇ ਨੇ ਪੈਦਾ ਨਹੀਂ ਕੀਤੀ। ਜਿਸੋ ਕਿਸੇ ਡਾਕਟਰ ਨੇ, ਕਿਸੇ ਵੈਦ ਨੇ ਇਹ ਕਿਸੇ ਦੀ ਜੀਵ ਆਤਮਾ ਵੀ ਪੈਦਾ ਕੀਤੀ ਹੋਵੇ, ਪਰ ਮਨੁੱਖ ਦੇ ਆਪਸੀ ਟਕਰਾਓ, ਆਪਣੇ ਵੈਰ ਵਿਰੋਧ ਤੇ ਦੁਨੀਆਂ ਨੂੰ ਦੋਜ਼ਖ ਬਣਾਉਣ ਲਈ ਜਿਹੜਾ ਮੁੱਢਲੇ ਰੂਪ ਵਿੱਚ ਕੰਮ ਕੀਤਾ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਕਰਮ ਕਾਂਡ ਪੈਦਾ ਕੀਤਾ, ਜਿਨ੍ਹਾਂ ਨੇ ਸ਼ਰ੍ਹਾਂ ਪੈਦਾ ਕੀਤੀ, ਜਿਨ੍ਹਾਂ ਨੇ ਸਰੀਰ 'ਤੇ ਖੜੀ ਕਰਕੇ ਰਹਿਤ ਮਰਿਆਦਾਵਾਂ ਪੈਦਾ ਕੀਤੀਆਂ। ਆਓ, ਮੈਂ ਕਿਉਂ ਕਹਿੰਦਾ ਵਾਰ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਰਹਿਤ ਮਰਿਆਦਾ ਮੰਗੋ ਜਿਹੜੀ ਧੋਤੀ ਬਣੀ ਹੈ, ਇੱਥੇ ਵੈਰ ਵਿਰੋਧ ਖਤਮ ਹੋ ਜਾਵੇਗਾ, ਨਹੀਂ ਤਾਂ ਵੈਰ ਵਿਰੋਧਾਂ ਦਾ ਹੀ ਇਹ ਬੀਜ ਬੀਜਿਆ ਗਿਆ ਹਰ ਪਾਸੇ। ਇਸ ਗੱਲ ਦਾ ਫੈਸਲਾ ਬਾਬਾ ਕਬੀਰ ਕਰ ਰਿਹਾ, ਉਹ ਇਸੇ ਲਈ ਕਹਿੰਦੇ ਨੇ ਕਿੱਡੀ ਅਜੀਬ ਗੱਲ ਹੈ, ਕਿੱਡੀ ਸਪਸ਼ਟ ਕਹਿੰਦੇ ਨੇ ਮੈਂ ਪੰਡਿਤ ਮੁੱਲਾਂ ਦਾ ਦੋਖੀ ਨਹੀਂ, ਮੈਂ ਤਾਂ ਉਹਨਾਂ ਦੀ ਲਿਖਤਾਂ ਦਾ ਜਿਹਨੇ ਇੱਕ ਪਾਸੇ ਸ਼ਰ੍ਹਾਂ 'ਤੇ ਖੜਾ ਕਰ ਲਿਆ ਇਸਲਾਮ ਨੂੰ, ਇੱਕ ਪਾਸੇ ਸਾਰੇ ਹੁੰਦੇ ਹਿੰਦੂਇਜ਼ਮ ਨੂੰ ਕਰਮ ਕਾਂਡ 'ਤੇ ਖੜਾ ਕਰ ਲਿਆ। ਅਤੇ ਜੇ ਕਦੀ ਕੌੜੀ ਸੱਚਾਈ ਨੂੰ ਮੰਨੋ ਤਾਂ ਅੱਜ ਤੁਹਾਡੇ ਸਾਹਮਣੇ ਹੈ, ਇਸੇ ਤਰ੍ਹਾਂ ਸਾਡੀ ਵਿਚਾਰਧਾਰਾ ਵੀ ਖੜੀ ਹੋ ਗਈ। ਅਸੀਂ ਵੀ ਕਹਿੰਦੇ ਹਾਂ ਜੇ ਨਾਰੀਅਲ 'ਤੇ ਘੁੰਮਣਾ ਰੱਖਿਆ ਤਾਂ ਅਖੰਡ ਪਾਠ ਦਾ ਕੋਈ ਫਾਇਦਾ ਨਹੀਂ, ਜੇ ਨਾਲ ਜਬ ਵੀ ਸਭ ਨਾ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੋਈ ਲਾਭ ਨਹੀਂ। ਜੇ ਇਸ ਤੀਰਥ 'ਤੇ ਇਸ਼ਨਾਨ ਨੇ ਕੀਤਾ, ਅੱਜ ਲੋਕਾਂ ਨੇ ਇੱਥੋਂ ਤੱਕ ਪਾ ਦਿੱਤਾ ਕਿ ਅਨੰਦਪੁਰ ਸਾਹਿਬ ਦੀ ਜ਼ਿਆਰਤ, ਅਨੰਦਪੁਰ ਸਾਹਿਬ ਦੇ ਦਰਸ਼ਨ ਉਦੋਂ ਤੱਕ ਪੂਰੇ ਨਹੀਂ ਹੁੰਦੇ ਜਿੰਨੀ ਦੇਰ ਨੈਣਾ ਦੇਵੀ ਦੇ ਦਰਸ਼ਨ ਨਾ ਕਰੋ। ਕਰ ਦਿੱਤੇ, ਸਿੱਖ ਹੋਇਆ, ਮੰਨਣ ਲੱਗ ਪਏ, ਕਹਿੰਦਾ ਠੀਕ ਇੱਕ ਵਿਸ਼ਵਾਸ ਕਰਿਓ। ਇਹ ਗੱਲ ਬਾਬਾ ਕਬੀਰ ਦੀ ਕੇਵਲ ਮੁਸਲਮਾਨ ਅਤੇ ਹਿੰਦੂ ਲਈ ਨਹੀਂ, ਮੁੱਲਾਂ ਲਈ ਅਤੇ ਬ੍ਰਾਹਮਣ ਲਈ ਨਹੀਂ, ਸਾਡੇ 'ਤੇ ਵੀ ਟੁੱਟ ਗਈ।
ਕਹਿੰਦੇ ਜਿਹੜੇ ਵੀ ਤੁਹਾਨੂੰ ਜਾਲ ਵਿੱਚ ਫਸਾ ਕੇ ਆਪਸ ਵਿੱਚ ਟਕਰਾ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਟਕਰਾਓ ਖਤਮ ਕਰਦੀ ਹੈ, ਤੁਹਾਨੂੰ ਇੱਕ ਸਰਲ ਜੀਵਨ ਦਿੰਦੀ ਹੈ ਜਿਹਦੇ ਵਿੱਚ ਕੋਈ ਬੰਧਨ ਨਹੀਂ, ਜਿਹਦੇ ਵਿੱਚ ਕੋਈ ਜਾਲ ਨਹੀਂ ਕਿ ਸਿੱਖ ਫਸ ਜਾਏ। ਆਓ ਬੜੀ ਖੁਸ਼ੀ ਨਾਲ ਬੈਠ ਕੇ ਵਿਚਾਰ ਕਰੋ। ਮੈਂ ਤਾਂ ਹੁਣ ਚਾਹੁੰਦਾ ਵੀ ਸੰਗਤਾਂ ਵਿੱਚੋਂ ਸੱਜਣ ਬੇਸ਼ੱਕ ਹਰ ਹਫ਼ਤੇ ਬੈਠ ਕੇ ਇੱਕ ਘੰਟਾ ਡੇਢ ਘੰਟਾ ਇਹਨਾਂ ਆਪਣੇ ਸਵਾਲ ਕਰੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ, ਸਾਨੂੰ ਪਤਾ ਲੱਗੇ ਅਸੀਂ ਇਸ ਖਜ਼ਾਨੇ ਨੂੰ ਤਿਆਗ ਕੇ ਕਿਵੇਂ ਦੁਖੀ ਹੋ ਰਹੇ। ਧੰਨ ਹੈ ਬਾਬਾ ਕਬੀਰ ਜਿਹੜਾ ਸਪਸ਼ਟ ਕਹਿ ਰਿਹਾ, ਕਹਿੰਦਾ ਮੇਰਾ ਝਗੜਾ ਹੀ ਕੋਈ ਨਹੀਂ ਰਿਹਾ, ਮੇਰਾ ਕੋਈ ਵੈਰ ਵਿਰੋਧੀ ਨਹੀਂ, ਝਗੜਾ ਹੀ ਕੋਈ ਨਹੀਂ ਰਿਹਾ। ਕਿਉਂ ਨਹੀਂ ਰਿਹਾ? ਅਖੇ ਨਾ ਮੈਂ ਪੰਡਿਤ ਦਾ ਬਣਿਆ, ਨਾ ਮੈਂ ਮੁੱਲਾਂ ਦਾ ਬਣਿਆ, ਨਾ ਮੈਂ ਉਹਦੀ ਲਿਖਤ ਨੂੰ ਮੰਨਣਾ, ਨਾ ਮੈਂ ਉਹਦੀ ਲਿਖਤ ਨੂੰ ਮੰਨਣਾ। ਸਾਫ਼ ਕਹਿਣ ਲੱਗੇ ਪਛਾਣੀ ਸਰੀਰ ਤੇ ਰੱਖ ਦਿੱਤੀ ਗਈ। ਜੀਵ ਆਤਮਾ ਨੂੰ ਜਿਹੜੀ ਗਿਆਨ ਤੇ ਖੜੀ ਹੋਣੀ ਸੀ, ਗੁਰੂ ਨੇ ਫੈਸਲਾ ਦਿੱਤਾ ਜਾਂ ਗਿਆਨ ਤੇ ਧਰਮ ਹੈ, ਕਿਉਂਕਿ ਗਿਆਨ ਅਦਿੱਖ ਚੀਜ਼ ਹੈ, ਉਹ ਮਨੁੱਖ ਦਾ ਜੀਵਨ ਬਦਲਦੀ ਹੈ, ਸੰਸਕਾਰ ਬਦਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗਿਆਨ ਦਾ ਕੇਂਦਰ ਆਖਦੇ ਹਾਂ, ਪਰ ਕਿੱਡੀ ਅਜੀਬ ਗੱਲ ਹੈ, ਅਸੀਂ ਗਿਆਨ ਦੇ ਕੇਂਦਰ ਨੂੰ ਨਮਸਕਾਰਾਂ ਕਰਕੇ ਮੱਥੇ ਟੇਕ ਕੇ ਖਲੋਤੇ ਸਰੀਰ ਦੇ ਕੇਂਦਰ 'ਤੇ ਹਾਂ। ਪੰਡਿਤ ਕਰਮ ਕਾਂਡ ਸਿਖਾਈ ਜਾਂਦਾ ਸਰੀਰ ਕਰਕੇ। ਮੈਂ ਹੈਰਾਨ ਹੋਇਆ, ਆਹ ਹੁਣੇ ਮੈਂ, ਕਿਉਂਕਿ ਆਉਂਦਿਆਂ ਤੱਕ ਤੁਰਦਿਆਂ ਤੱਕ ਕੋਈ ਟੌਪਿਕ ਰੱਖਣਾ ਹੋਵੇ ਨਾ, ਮੇਰਾ ਵਿਚਾਰ ਹੁੰਦਾ ਕੋਈ ਗੱਲ ਐਸੀ ਨਾ ਹੋਵੇ ਜਿਹਦਾ ਮੈਨੂੰ ਫਿਰ ਜਵਾਬ ਦਿਓ। ਸਿੱਖ ਰਹਿਤ ਮਰਿਆਦਾ ਇੰਗਲਿਸ਼ ਦੀ ਨਿਕਲੀ ਕਢਾਈ ਮੈਂ ਦੇਖ ਕੇ ਹੈਰਾਨ ਹੋਇਆ। ਨਾਮ ਅਭਿਆਸ, ਅਖੇ ਜੀ ਵਾਹਿਗੁਰੂ ਸ਼ਬਦ ਨੂੰ ਰਿਪੀਟ ਕਰਨਾ, ਬਾਕੀ ਵੇਖ ਲਓ ਰਿਪੀਟ ਕਰਨਾ ਨਾਮ ਅਭਿਆਸ ਹੋ ਗਿਆ। ਆਹ ਬਾਣੀਆਂ ਦਾ ਪਾਠ ਕਰਨਾ ਬਾਣੀ ਅਭਿਆਸ ਹੋ ਗਿਆ। ਦੂਜਾ ਕਹਿੰਦਾ ਤੂੰ ਪੰਜ ਦਾ ਪੜ੍ਹਨਾ, ਮੈਂ ਸੱਤ ਬਾਣੀਆਂ ਦਾ ਪਾਠ ਕਰਾਂਗਾ, ਮੈਂ ਤੇਰੇ ਨਾਲੋਂ ਵੱਡਾ ਸਿੱਖ ਹੋਇਆ। ਆ ਟਕਰਾਓ ਚੱਲਦਾ, ਜੀਵਨ ਨੂੰ ਬਦਲਣ ਦਾ ਕੋਈ ਮਸਲਾ ਨਹੀਂ ਰਿਹਾ। ਵੈਰ ਵਿਰੋਧ ਟਕਰਾਓ
ਸਕੂਲੀ ਸੱਚਾਈ ਹੈ। ਹਰ ਕੀਰਤਨ ਜਥੇ ਵਾਲੇ ਵੀ ਸਿੰਘ ਨੇ, ਟਕਸਾਲ ਵਾਲੇ ਵੀ ਸਿੰਘ ਨੇ, ਇਕੱਠੇ ਨਹੀਂ ਬੈਠ ਸਕਦੇ। ਜੇ ਬ੍ਰਾਹਮਣ ਨੇ ਆਖਿਆ ਕਿ ਸ਼ੂਦਰ ਦੇ ਪਰਛਾਵੇਂ ਪੈਣ ਨਾਲ ਦੂਜੇ ਤੇਰਾ ਤੇਰਾ ਜਨਮ ਭ੍ਰਿਸ਼ਟ ਹੋ ਜਾਏਗਾ, ਤਾਂ ਸਾਡੇ ਵੀ ਕਹਿ ਦਿੱਤਾ ਬਦਲਵੇਂ ਲਫ਼ਜ਼ ਸਰ ਵੀ ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਉਹ ਦੂਜੇ ਦੇ ਹੱਥ ਦਾ ਵੀ ਨਹੀਂ ਖਾ ਸਕਦਾ। ਮੈਨੂੰ ਮੇਰੀ ਹੜ ਬੀਤੀਆਂ ਨੇ ਅੜੇ ਕਿਹਾ, ਲੰਡਨ ਇੱਕ ਸਿੰਘ ਬੜੇ ਗੁਰਮੁਖ ਨੇ ਪਿਆਰ ਵਾਲੇ ਸੱਜਣ ਬਣਨਾ, ਕਈ ਵਾਰ ਅੰਮ੍ਰਿਤ ਸੰਚਾਰ ਵੇਲੇ ਵੀ ਨਾਲ ਸ਼ਾਮਿਲ ਹੋਏ। ਉਹਨਾਂ ਨੇ ਬੜੇ ਫਖਰ ਨਾਲ ਇਹ ਗੱਲ ਕਹਿਣੀ ਕਿ ਮੈਂ ਜਦੋਂ ਮੈਂ ਇੰਡੀਆ ਜਾਣਾ ਪਿੰਡ ਹਰ ਸਾਲ ਜਾਣਾ, ਇੱਥੋਂ ਪਾਣੀ ਪੀ ਕੇ ਚੱਲਣਾ, ਘਰ ਜਾ ਕੇ ਪਾਣੀ ਪੀਣਾ, ਇਹਨਾਂ ਦੇ ਹੱਥਾਂ ਦਾ ਪਾਣੀ ਨਹੀਂ ਪੀਣਾ, ਘਰ ਜਾ ਕੇ ਰੋਟੀ ਖਾਣਾ। ਮੈਂ ਹੈਰਾਨ ਹੋਇਆ ਵੀ ਜਿਹੜੀ ਰੋਟੀ ਘਰ ਜਾ ਕੇ ਖਾਂਦੇ ਹੋ ਉਹ ਆਖਿਰ ਕਿਸੇ ਅਨਾਜ ਦੀ ਹੈ, ਸਬਜ਼ੀ ਕਿਤੋਂ ਆਈ ਹੈ, ਦਾਲ ਕਿਤੋਂ ਆਈ ਹੈ, ਉਹ ਦਾਲਾਂ ਬਣਾਉਣ ਵਾਲੇ ਉੱਥੇ ਕਿੰਨਾ ਕਿੰਨਾ ਦਾਲਾਂ ਨੂੰ ਹੱਥ ਲੱਗਿਆ, ਕਦੀ ਤੁਸੀਂ ਪੁੱਛਿਓ? ਕਰਮ ਕਾਂਡ ਵਿੱਚ ਪੈ ਗਿਆ ਉਹੀ ਚੀਜ਼ ਜਿਹੜੀ ਬ੍ਰਾਹਮਣ ਨੇ ਕੀਤੀ ਸੀ, ਉਹੀ ਚੀਜ਼ ਜਿਹੜੀ ਮੁੱਲਾ ਨੇ ਕੀਤੀ ਸੀ। ਉਹਨੇ ਸ਼ਰ੍ਹਾਂ ਨਾ ਰੱਖ ਲਿਆ ਸੀ, ਉਹਨੇ ਕਰਮ ਕਾਂਡ ਆਪਣਾ ਸਿਮਰਤੀਆਂ ਨਾ ਰੱਖ ਲਿਆ ਸੀ, ਅਸੀਂ ਰਹਿਤ ਮਰਿਆਦਾ ਨਾ ਰੱਖ ਲਿਆ, ਕੰਮ ਇੱਕੋ ਜਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੀਵਨ ਦਾ ਕੇਂਦਰ ਬਣਾ ਕੇ ਰਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਕੇ ਨਹੀਂ ਬਣਾ ਰਹੇ। ਮੇਰੀ ਤਾਂ ਇੱਕੋ ਬੇਨਤੀ ਹੈ, ਗੁਰਬਾਣੀ ਰਹਿਤ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਖਣ ਉਹਨੂੰ ਰਹਿਤ ਜੀਵਨ ਦੀ ਬਣਾਓ, ਤਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਅਪਣਾ ਕੇ ਵੇਖਿਓ, ਜੀਵਨ ਬੜਾ ਸਰਲ ਹੋ ਜਾਂਦਾ, ਬਲਕਿ ਵੈਰ ਵਿਰੋਧ ਰਹਿੰਦਾ ਹੀ ਨਹੀਂ। ਇਹ ਵੈਰ ਵਿਰੋਧ ਜਿਹੜਾ ਆਪਸੀ ਹੈ ਨਾ ਸਾਡਾ, ਇਹ ਵੀ ਸਰੀਰ ਦੀਆਂ ਰਹਿਤਾਂ ਤੱਕ ਹੈ। ਜਿਸ ਦਿਨ ਅਸੀਂ ਗੁਰਬਾਣੀ ਦੀ ਅਗਵਾਈ ਮੰਨ ਲਵਾਂਗੇ ਅਤੇ ਸਾਰੇ ਮੰਨ ਲਵਾਂਗੇ, ਉਸ ਦਿਨ ਕਿਸੇ ਵਿੱਚ ਵੀ ਵੈਰ ਵਿਰੋਧ ਨਹੀਂ ਰਹੇਗਾ। ਇਹਨਾਂ ਸ਼ਬਦਾਂ ਨਾਲ ਕਿ ਮੰਨ ਲੈਣਾ ਠੀਕ ਆ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।